जगन्नाथपुरी पहुंचे ने। जगन्नाथपुरी भगवान जगन्नाथ का बड़ा वड्डा प्रसिद्ध मंदिर है। इत्थे जगत गुरु गुरु नानक साहब सच्चे पातशाह जी महाराज जी दी पंडतां दे नाल चर्चा हुई है। आरती दे संबंध विच आरती दा महाराज जी ने शब्द जगन्नाथपुरी विखे उच्चारण कीता। गगन मैं थाल रब चंद दीपक बने, तारका मंडल जनक मोती, धूप मलियान लो पवन चवरो करे सगल बंदराए फुलंत ज्योति। इस जगह ते गुरुदेव ने निर्गुण स्वरूप दी आरती दा वर्णन कीता है। खालसा जी दो प्रकार दी आरती हुंदी, एक सरगुण स्वरूप दी आरती है, एक निराकार स्वरूप दे विच निर्गुण स्वरूप दी आरती है। असी कई बार निर्गुण स्वरूप दी आरती नूं सरगुण स्वरूप दे उत्ते लागू करके सरगुण स्वरूप दी आरती दा कई साडे वीर अनभोल पुणे दे विच खंडन कर दिंदे है। ਉਹ ਕਹਿੰਦੇ ਆ ਜੀ ਆ ਦੀਵੇ ਜਗਾ ਕੇ ਥਾਲ ਦੇ ਵਿੱਚ ਰੱਖ ਕੇ ਜਾਂ ਪੁਸ਼ਪਾਦਕ ਰੱਖ ਕੇ ਸਾਹਮਣੇ ਖਲੋ ਕੇ ਸਤਿਗੁਰਾਂ ਦੇ ਸਨਮੁਖ ਹੋ ਕੇ ਆਰਤੀ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਖਾਲਸਾ ਜੀ ਇਹੋ ਜਿਹੇ ਲੋਕ ਇਹੋ ਜਿਹੇ ਜੀਵ ਦਰਅਸਲ ਅਨਭੋਲ ਹਨ ਜਾਂ ਫਿਰ ਜਾਣ ਬੁੱਝ ਕੇ ਮਚਲੇ ਹਨ। ਇੱਕ ਤੇ ਅਨਭੋਲ ਹੁੰਦੇ ਆ ਵੀ ਚਲੋ ਗਿਆਨ ਨਹੀਂ ਹੁੰਦਾ, ਦੂਜੇ ਹੁੰਦੇ ਨੇ ਵੀ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਮਚਲੇ ਹੁੰਦੇ ਨੇ। ਉਹ ਜਿਹੜੇ ਮਛਲੇ ਹੁੰਦੇ ਨੇ ਨਾ ਉਹ ਜ਼ਿਆਦਾ ਨੁਕਸਾਨ ਕਰਦੇ ਐ, ਜਿਹੜੇ ਅਨਭੋਲ ਜੀਵ ਨੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਵੀ ਸੰਸਾ ਤੇ ਸੰਦੇਹ ਪੈਦਾ ਕਰ ਦਿੰਦੇ ਹਨ। ਗੁਰੂ ਖਾਲਸਾ ਜੀ ਸਰਗੁਣ ਸਰੂਪ ਦੇ ਵਿੱਚ ਸਤਿਗੁਰਾਂ ਦੀ ਆਰਤੀ ਵੀ ਅਸੀਂ ਗਾਇਨ ਕਰਦੇ ਹਾਂ। ਤਖ਼ਤ ਸਾਹਿਬਾਨਾ ਤੇ ਸੰਧਿਆ ਵੇਲੇ ਸ਼ਾਮ ਵੇਲੇ ਆਰਤੀ ਹੁੰਦੀ ਹੈ, ਬਕਾਇਦਾ ਮਹਾਰਾਜ ਜੀ ਦੇ ਸਨਮੁਖ ਥਾਲ ਸਜਾਇਆ ਜਾਂਦਾ ਹੈ ਆਰਤੀ ਦਾ। ਚਾਹੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਹੈ, ਤਰਨਾ ਦਲ ਹੈ, ਨਿਰਮਲ ਭੇਖ ਦੀ ਸੰਪਰਦਾਇ ਹੈ, ਉਦਾਸੀਨ ਮਹਾਂਪੁਰਸ਼ਾਂ ਦੀਆਂ ਸੰਪਰਦਾਵਾਂ ਹਨ, ਸਾਰੀਆਂ ਪੁਰਾਤਨ ਸੰਪਰਦਾਵਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਥਾਲ ਸਜਾ ਕੇ ਆਰਤੀ ਦਾ ਫਿਰ ਸਤਿਗੁਰਾਂ ਦੇ ਸਨਮੁਖ ਆਰਤੀ ਕੀਤੀ ਜਾਂਦੀ ਹੈ। ਔਰ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਉਹ ਆਰਤੀ ਦਾ ਵਿਧਾਨ ਬਣਿਆ ਹੋਇਆ। ਨਿਹੰਗ ਸਿੰਘਾਂ ਦੀਆਂ ਜਿੰਨੀਆਂ ਜਥੇਬੰਦੀਆਂ ਨੇ ਨਿਰਮਲ ਭੇਖ ਦੇ ਵਿੱਚ ਨਿਰਮਲ ਸੰਪਰਦਾ ਜੋ ਧੰਨ ਗੁਰੂ ਕਲਗੀਧਰ ਜੀ ਨੇ ਪੌਂਟਾ ਸਾਹਿਬ ਤੋਂ ਪ੍ਰਾਰੰਭ ਕੀਤੀ, ਉਦਾਸੀਨ ਭੇਖ ਜੋ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਤੋਂ ਚੱਲਿਆ, ਇਹਨਾਂ ਸਾਰੇ ਮਹਾਂਪੁਰਸ਼ਾਂ ਦੇ ਜਿੰਨੀਆਂ ਵੀ ਸੰਪਰਦਾਵਾਂ ਨੇ ਤਿੰਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰਤੀ ਕੀਤੀ ਜਾਂਦੀ ਹੈ ਬਕਾਇਦਾ ਰੂਪ ਦੇ ਵਿੱਚ ਥਾਲ ਸਜਾ ਕਰਕੇ। ਇਹ ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਜਿੱਥੇ ਨਿਰਗੁਣ ਸਰੂਪ ਨੇ ਉੱਥੇ ਸਤਿਗੁਰੂ ਜੀ ਨੂੰ ਅਸੀਂ ਸਰਗੁਣ ਸਰੂਪ ਕਰਕੇ ਵੀ ਆਰਾਧਦੇ ਹਾਂ, ਪਾਤਸ਼ਾਹ ਦੇ ਉੱਤੇ ਚੰਦੋਆ ਤਾਣਦੇ ਹਾਂ। ਨਿਰਾਕਾਰ ਸਰੂਪ ਦੇ ਵਿੱਚ ਤਾਂ ਸਾਹਿਬ ਦੇ ਸਰੂਪ ਤੇ ਚੰਦੋਏ ਦੀ ਵੀ ਜ਼ਰੂਰਤ ਨਹੀਂ ਹੈ ਨਾ। ਜਦੋਂ ਸਤਿਗੁਰਾਂ ਨੂੰ ਪ੍ਰਗਟ ਗੁਰਾਂ ਕੀ ਦੇਹ ਜਾਣਦੇ ਹਾਂ, ਇਸੇ ਸਥਾਨ ਤੇ ਕਲਗੀਧਰ ਸਵਾਮੀ ਜੀ ਨੇ ਬਚਨ ਕਹਿ ਆਗਿਆ, ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜਦੋਂ ਸਤਿਗੁਰਾਂ ਨੂੰ ਸਤਿਗੁਰਾਂ ਦੀ ਦੇਹ ਰੂਪ ਕਰਕੇ ਅਸੀਂ ਜਾਣਦੇ ਉਦੋਂ ਸਰਗੁਣ ਸਰੂਪ ਹੈ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਪਾਵਨ ਬਾਣੀ ਸਰਵਲੋ ਗ੍ਰੰਥ ਪ੍ਰਕਾਸ਼ ਵਿੱਚ, ਇਸੇ ਤਖ਼ਤ ਸਾਹਿਬ ਜੀ ਦੇ ਲਾਗੇ ਸਰਵਲੋ ਬੂੰਗਾ ਹੈ ਜਿੱਥੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸ੍ਰੀ ਸਰਵਲੋ ਗ੍ਰੰਥ ਜੀ ਦੀ ਰਚਨਾ ਕੀਤੀ ਹੈ। ਇਹ ਪਾਵਨ ਸਰਵਲੋ ਪ੍ਰਕਾਸ਼ ਗ੍ਰੰਥ ਗੁਰੂ ਕਲਗੀਧਰ ਜੀ ਨੇ ਆਪਣੀ ਮੌਜ ਵਿੱਚ ਉਚਾਰਿਆ। ਖਾਲਸਾ ਜੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਕਲਗੀਧਰ ਜੀ ਨੇ ਐਨ ਪੂਰੇ ਨਿਯਮਾਂ ਦੇ ਨਾਲ ਜਿਹੜਾ ਜਿਹੜਾ ਛੰਦ ਉਚਾਰਨ ਕੀਤਾ, ਚਾਹੇ ਉਹ ਕਵਿਤ ਹੈ, ਤੋਟਕ ਹੈ, ਰਸਾਵਲ ਹੈ, ਜਿੰਨੇ ਵੀ ਛੰਦ ਨੇ, ਚਾਹੇ ਉਹ ਟੰਗਣ ਛੰਦ ਹੈ, ਉਹਨਾਂ ਸਾਰੇ ਛੰਦਾਂ ਦੀਆਂ ਮਾਤਰਾਵਾਂ ਦਾ ਪੂਰਾ ਖਿਆਲ ਰੱਖ ਕੇ ਇੱਕ ਇੱਕ ਮਾਤਰਾ ਕਿੱਥੇ ਲਘੂ ਮਾਤਰਾ ਲੱਗਣੀ ਹੈ, ਕਿੱਥੇ ਦੀਰਘ ਲੱਗਣੀ ਹੈ, ਇੱਕ ਇੱਕ ਮਾਤਰਾ ਦਾ ਖਿਆਲ ਰੱਖ ਕੇ ਗੁਰਦੇਵ ਨੇ ਦਸਮ ਬਾਣੀ ਦੇ ਛੰਦ ਰਚੇ ਹਨ। ਪਰ ਸਰਵਲੋ ਪ੍ਰਕਾਸ਼ ਗ੍ਰੰਥ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਬਹੁਤ ਸਾਰੇ ਸ਼ਬਦ ਮਹਾਰਾਜ ਜੀ ਨੇ ਛੰਦਬੰਦੀ ਵਿੱਚ ਉਚਾਰਨ ਕੀਤੇ ਤੇ ਕਈ ਸ਼ਬਦਾਂ ਦੇ ਕਿ ਜਿਬਿਸ਼ਨ ਪਦ ਉਚਾਰਦੇ ਨੇ, ਦੋ ਪੰਗਤੀਆਂ ਉਚਾਰਨ ਕੀਤੀਆਂ, ਅੱਗੇ ਦੋ ਉਚਾਰਨ ਹੀ ਨਹੀਂ ਕੀਤੀਆਂ। ਉਹਦਾ ਭਾਵ ਕਾਰਨ ਹੈ ਕਿ ਉਹ ਗੁਰਦੇਵ ਨੇ ਆਪਣੀ ਮੌਜ ਵਿੱਚ ਰਚਿਆ। ਜਿਹੜੀ ਚੀਜ਼ ਆਪਣੀ ਮੌਜ ਵਿੱਚ ਰਚੀ ਜਾਂਦੀ, ਜਿਹਨੂੰ ਖੁੱਲੀ ਕਵਿਤਾ ਕਹਿੰਦੇ ਆ, ਖੁੱਲੀ ਜਿਹੜੀ ਛੰਦ ਬੰਦ ਦੇ ਨਿਯਮ ਤੋਂ ਸੁਤੰਤਰ ਹੁੰਦੀ ਹੈ, ਉਹ ਬਾਣੀ ਮਹਾਰਾਜ ਜੀ ਨੇ ਆਪਣੀ ਮੌਜ ਵਿੱਚ ਤੁਰਿਆ ਪਦ ਚ ਪਹੁੰਚ ਕੇ ਸ੍ਰੀ ਸਰਵਲੋ ਪ੍ਰਕਾਸ਼ ਗ੍ਰੰਥ ਦੀ ਰਚਨਾ ਕੀਤੀ ਹੈ। ਜਿਸ ਸਰਵਲੋ ਗ੍ਰੰਥ ਦੇ ਵਿੱਚੋਂ ਆਪ ਜੀ ਪੜ੍ਹਦੇ ਹੋ ਖਾਲਸੇ ਦੀ ਮਹਿਮਾ, ਖਾਲਸੇ ਪੰਥ ਦੀ ਉਪਮਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ,
उसे पावन ग्रंथ दे विच महाराज जी ने श्री गुरु ग्रंथ साहिब जी दे पावन स्वरूप दे संबंध विच वचन कहे ने, गुर अपन पो खालसा सौंपा दुते रूप सतगुरु श्री ग्रंथा। कलगीधर पातशाह जी कहंदे मेरा स्वरूप श्री गुरु ग्रंथ साहिब सच्चे पातशाह जी हन। ते जदों सतगुरां दा स्वरूप होए फिर श्री गुरु ग्रंथ साहिब जी साडे लई सरगुण स्वरूप ने। सरगुण स्वरूप विच जिथे सतगुरां नूं रुमालियां दी जरूरत है, सरगुण स्वरूप दे विच जिथे सतगुरां दे सीस उत्ते सुंदर चंदोआ ताणिया जांदा है, सरगुण स्वरूप दे विच जिथे सतगुरां दा चवर झुलाया जांदा है, उत्थे सरगुण स्वरूप दे विच सतगुरां दे सामने दीवा बाल के आरती करना भी विहित है। इहदा कोई खंडन ना करे। श्री गुरु ग्रंथ साहिब जी दे सरगुण स्वरूप दे विच महाराज जी दी जदों असीं आरती करदे हां ते साडे अंदरों गुरु साहिब जी प्रति प्यार भाव जागदा है। जगदी हुई जोत पातशाह जी दे सन्मुख करके जदों असीं महाराज जी दी आरती उतारदे हां, उस जगदी हुई जोत दे नाल सानू अपनी निज आत्मक जोत दा सबोध बोध प्राप्त हुंदा। जो असीं बाहरों वेखदे हां, बाहरों वेख करके साडे अंदर सानू बाहरों वेख के अंदर उतरिया जा सकदा है। अपने स्वयं दी यात्रा बाहरों वेख करके, क्योंकि बाहरों धर्म स्थाना ते जदों असीं नमस्कार करदे हां, सतगुरां दी होंद महाराज जी दे पावन धर्म स्थाना दे उत्ते हाजर समझदे हां। इह कहिंदे जी सारियां थावां ते ही परमेश्वर व्यापक है ते परमात्मा दी आरती तां सारियां थावां ते ही हो रही है। गुरु खालसा जी इह गल बिल्कुल सही है कि परमात्मा सर्व थावां ते व्यापक है। पानी सारियां थावां ते है, धरती दे जिथे भी चले जाइए धरती दे किसे हिस्से ते पानी 100 फुट ते है, किसे हिस्से ते 500 हजार फुट ते भी है, धरती सारी थले ही पानी है ना। पर नदियां विच, दरियावां विच, तलाबां विच, सरोवरां विच पानी बाहर नजर आउंदा है, उत्थे प्रतख दिसदा है। इसे तरह परमात्मा सर्व थाई व्यापक है, पर जदों असीं धर्म स्थाना ते आउने आ, गुरुद्वारे आउने आ, इत्थे मानो सतगुरु जी प्रतख रूप दे विच वरत रहे ने, सरोवर दे रूप दे विच, नदी दे रूप विच, दरिया दे रूप विच पानी प्रतख रूप दे विच नजर आ रहा है। और सानू प्रतख रूप दे विच जो साहिब जी नजर आउंदे ने, ते फिर असीं आरती भी प्रतख रूप दे विच भी दीवा जगा के सतगुरां दी करदे हां। ये महाराज जी की मर्यादा है गुरु साहब जी दे पावन तख्तां दी, जिसनू ना जानते हुए बहुत सारे लोग अपने हिरदे विच शंका ते संदेह प्रगट करते ने। जदों जगत गुरु गुरु नानक साहब जी गए ने जगन्नाथपुरी, इत्थे पातशाह जी ने आरती का शब्द उच्चारण किया है, निर्गुण स्वरूप की जो परमात्मा की आरती है उहदा वर्णन किया। पर जदों सरगुण रूप की आरती गुरु ग्रंथ साहब विच आउंदी है उहदा भी जिक्र किया, धूप दीप कृत साज आरती वारने जाऊ स्वामी कमला पाती। इत्थे हुण प्रतख रूप दे विच धूप दीवे दी गल हो रही है, तो इत्थे सरगुण स्वरूप दी भी सतगुरां दी आरती, असीं अपने इष्ट दी आरती कर रहे हां, किसी देवी देवते दी आरती तां नहीं ना कर रहे, अपने इष्ट देव सतगुरु गुरु ग्रंथ साहिब जी दी आरती उतार रहे हां, जो निर्गुण स्वरूप भी ने सरगुण स्वरूप भी ने। जदों पातशाह जगन्नाथपुरी समुद्र दे कंडे ते बैठे सन, एकदम बड़ी तेज हनेरी चली, बड़ा झखड़ चलिया, भाई साहब भाई मरदाना जी एकदम भय भीत हो गए। महाराज जी इन्नी हनेरी झखड़ चल रहा है कि वेखदे ने कि अचानक एक बड़ा विकराल रूप धारण किया होया, बड़ा विकराल भयानक रूप है कलिकाल दा। उन्हें अपनी जीभ एक हाथ विच पकड़ी हुई है, एक हाथ विच अपने इंद्री पकड़ी हुई है। महाराज सच्चे पातशाह जी दे सन्मुख आया, गुरुदेव दे चरणा च ने प्रणाम कीती। गुरुदेव ने पुछया भाई तू कौन है, कहन लगा महाराज मैं कलयुग हां। पातशाह कहन लगे रूप किस तरह का धारण किया, कहिंदा मेरे समय विच केवल लोग जुबान दे स्वादी और इस इंद्री दे स्वाद दे विच उलझे हुए ने, इस करके मैं ये दो इंद्रियां अपने हत्थां दे विच पकड़ियां हुईयां ने। जगत गुरु पातशाह जी महाराज जी ने जिस वेले कलयुग दे नाल वार्तालाप कीती, ते कलयुग ने महाराज सच्चे पातशाह जी नूं बेनती कीती, महाराज मैं आप जी वास्ते सुंदर मोती दे महल उसार दिंदा हां, सोहणे मंदिर रच दिंदा हां, उन्हां मंदिरां दे विच आप जी निवेश करो, प्रवेश करो, उन्हां मंदिरां दे विच आप आर करके रहना करो। वैसे वास्तविक रूप दे विच खालसा जी कलयुग जिहड़ा है इह इंसान दे सुरत दे उत्ते प्रभाव पाउंदा है। पातशाह कहिंदे सोई चंद चढ़ै से तारे, सोई दिनियर तपत रहै,
सतयुग त्रेते द्वापर दे विच उही तारे उही सूरज चंद्रमा तारे ने जिहड़े हुण कलयुग विच चढ़े हुए ने। पर खालसा जी कलयुग विच बदलिया की है, लोकां दी सुरत बदल गई है, लोकां दे ख्यालात बदल गए ने। अज तो तुसीं 50 साल पुराने बजुर्गां नाल गल करो, वह भी कह देंदे आ साडे वेले तां सतयुग होया करदा सी, लोकां विच बड़ा प्यार सी, मुहब्बत सी, एकता सी, सहचार सी, पर अजकल तां आपो धापी पई हुई है। यानी कि 100 साल जिहड़े पुराने समय की गल करिए, अज तो 100 साल समय पुराने नूं भी सतयुग का ही समा कहिंदे आ। कहिंदे कलयुग तां हुण आया भाई, क्योंकि लोकां दे ख्यालात बदल गए। पर गुरु नानक साहब सच्चे पातशाह ने उस कली काल नूं अपने सनमुख प्रगट किया, उहदे नाल वार्तालाप हुई जिस वक्त, उस वक्त महाराज जी ने यह पावन शब्द जो श्री राग का पहला शब्द है, जगत गुरु श्री गुरु नानक देव